अब मैंने दोस्त की शादी पे जाना है। भले परसों से तू होके आई है, वो ढोलकी थी, आज की है माइयों। फिर अपनी मां नू ले जा जे माइया दा फंक्शन है। हफ्ता पहले मैं मेहंदी ते गई सी ते किसी कुड़ी ने मेरे अलावा डांस नहीं किया। मेरे पास कपड़े पहनने के लिए कुछ भी नहीं है। अलमारी भरी पई है तेरी। अम्मी वो सारे पहने हुए हैं और सबने देखे हैं। तेनू भी ते असी रोज वेखने हैं। इन्हां नू ते ऐ भी नहीं याद कि मैं बरात ते की पाया सीगा। मैं ना छोटी नू वाशरूम लेके गया होना, मैनू याद कोई नहीं आहो, मैनू की पता की पाया। तुसी ते रहण दियो। ਸਾਡੇ ਵਕਤਾਂ ਚ ਨਾ ਮੌਲਵੀ ਮੁੰਡਾ ਤੇ ਕੁੜੀ ਦੇ ਦਰਮਿਆਨ ਬਹਿੰਦਾ ਹੁੰਦਾ ਸੀ ਤੇ ਬਿਸਮਿਲ੍ਲਾਹੀ ਅੱਲਾਹ ਉੱਪਰ ਕਹਿ ਕੇ ਛੁਰੀ, ਮੇਰਾ ਮਤਲਬ ਹੈ ਕਿ ਨਿਕਾਹ ਪੜਾ ਦਿੰਦਾ ਸੀ। ਸਾਡੀ ਸ਼ਾਦੀ ਤੇ 500 ਲੋਕ ਖਾਣਾ ਖਾ ਕੇ ਚਲੇ ਗਏ ਨੇ, ਮੈਨੂੰ ਬਿੱਧ ਵੀ ਨਹੀਂ ਲੱਭੀ ਸੀ। ਕੋਈ ਨਹੀਂ, ਸਾਡੇ ਮਿਲਣਾ ਨਹੀਂ ਸੀਗੇ ਨਾ, ਤੇ ਫੇਰ ਮਿਲਦੇ ਕਿਉਂ ਨਹੀਂ? ਮੋਮ ਆਪਕੋ ਸ਼ਪੈਂਡੀ ਪੇ ਕਿਤਨੀ ਈਦੀ ਇਕੱਠੀ ਹੋਈ ਸੀ? 100 ਦਾ ਨੋਟ 20 ਰਿਸ਼ਤੇਦਾਰਾਂ ਨੇ ਫੜ ਕੇ ਕਿਹਾ ਸੀ ਐ ਲੋ, ਐ ਕਰਕੇ ਤਸਵੀਰ ਵੀ ਖਿਚਾਤੀ। ਪੁੱਤਰ ਸਾਡੇ ਇਸਲਾਮ ਦੇ ਵਿੱਚ ਐ ਸ਼ੈਂਦੀ ਐ ਮਯੋਨੇਜ਼ ਐ ਜਿਹੜਾ ਉਹ ਨਹੀਂ ਹੁੰਦਾ, ਇਹ ਸਿਰਫ ਨਿਕਾਹ ਤੇ ਵਲੀਮਾ ਹੁੰਦਾ ਬਸ। ਤੇ ਤੁਸੀਂ ਲੱਭ ਲਿਆ ਹੋ ਇਹੋ ਜਿਹੇ ਲੋਕ ਅੱਜ ਕੱਲ੍ਹ?